ਕਹਿੰਦੇ ਸੀ ਅਸੀਂ ਸਿਕਿਉਰਟੀਆਂ ਘਟਾਵਾਂਗੇ, ਘਟਾ ਕੇ ਕਈਆਂ ਦੀ ਜਾਨ ਵੀ ਲੈ ਲਈ, ਅਖਬਾਰਾਂ ਚ ਵੀ ਦਿੱਤਾ, ਟੈਲੀਵਿਜ਼ਨਾਂ ਤੇ ਵੀ ਦੱਸਤਾ, ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ, ਅੰਬੀਆਂ ਦਾ ਕਤਲ ਹੋਇਆ, ਇਹ ਸਾਰਾ ਕੁਝ ਹੈ। ਭਾਵੇਂ ਉਸ ਤੋਂ ਬਾਅਦ ਚ ਹਾਈ ਕੋਰਟ ਚ ਜਾ ਕੇ ਯੂ ਟਰਨ ਲੈ ਲਿਆ ਕਿ ਨਹੀਂ ਅਸੀਂ ਸਿਕਿਉਰਟੀ ਬਹਾਲ ਕਰਾਤੀ, ਪਰ ਉਹ ਮਾਂ ਦਾ ਪੁੱਤ ਤਾਂ ਨਹੀਂ ਮਰੇ ਮੁੜੇ ਨਾ, ਜਿਹੜੇ ਬਾਕੀ ਮਾੜੇ ਗਏ ਉਹ ਨਹੀਂ ਮੁੜੇ। ਸਾਡੇ ਵੇਲੇ ਜਿੰਨੀਆਂ ਗੱਡੀਆਂ ਚੱਲਦੀਆਂ ਸੀ ਉਦੋਂ ਡੇਢੀਆਂ ਗੱਡੀਆਂ ਹੋ ਗਈਆਂ ਮੁੱਖ ਮੰਤਰੀ ਦੇ ਕਾਬਲੇ, ਡੇਢੀਆਂ ਰਿਟਰਨ ਚ ਕਿਸੇ ਨੇ ਆਰਟੀਆਈ ਪਾਈ ਤੇ ਉਹ ਸਾਹਮਣੇ ਆਈ। ਇਸ ਕਰਕੇ ਖਰਚੇ ਘਟਾਉਣ ਦੀਆਂ ਗੱਲਾਂ ਕਰਨ ਵਾਲੇ 700 ਕਰੋੜ ਰੁਪਏ ਦਾ ਬਜਟ ਇਹਨਾਂ ਨੇ ਕੱਲੇ ਅਖਬਾਰਾਂ ਤੇ ਟੈਲੀਵਿਜ਼ਨਾਂ ਲਈ ਰੱਖਿਆ। ਹੁਣ ਕੇਜਰੀਵਾਲ ਸਾਹਿਬ ਤਾਂ ਉਹ ਗੱਲਾਂ ਕਿੱਥੇ ਗਈਆਂ, ਕਹਿੰਦੇ ਜੀ 45,000 ਕਰੋੜ ਦਾ ਤਾਂ ਮੈਂ ਇੰਤਜ਼ਾਮ ਕਰੀ ਬੈਠਾ, ਇੰਨੇ ਦੀ ਰਿਸ਼ਵਤ ਜਾਂਦੀ ਹੈ, ਇੰਨੇ ਦਾ ਰੇਤਾ ਬਜਰੀ ਚੋਂ ਕੱਢ ਲਾਂਗੇ, ਇੰਨੇ ਦਾ ਸ਼ਰਾਬ ਚੋਂ ਕੱਢ ਲਾਂਗੇ, ਤੇ ਇਹ ਤਾਂ ਮੈਂ ਸਾਰੇ ਇੰਤਜ਼ਾਮ ਕਰੀ ਬੈਠਾ, ਹੁਣ ਫਿਰ ਕਰਜ਼ਾ ਕਿਉਂ ਲਈ ਜਾਂਦੇ ਆ? ਉਲਟਾ ਕੀਤਾ ਕੀ? ਮੈਂ ਸਮਝਦਾ ਕਿ ਬੜਾ ਵੱਡਾ ਇੱਕ ਜਾਂਚ ਦਾ ਵਿਸ਼ਾ ਹੈ। ਤਿਹਾੜ ਜੇਲ੍ਹ ਦੇ ਵਿੱਚ ਬੈਠ ਕੇ ਸਿੱਧੂ ਮੂਸੇ ਵਾਲੇ ਦੀ ਕਤਲ ਦੀ ਜਿਹੜੀ ਸਾਜ਼ਿਸ਼ ਰਚੀ ਜਾਂਦੀ ਹੈ, ਉਸੇ ਤਿਹਾੜ ਜੇਲ੍ਹ ਦਾ ਉਹੀ ਮੰਤਰੀ ਹੈ ਜਿਹੜਾ ਖੁਦ ਜੇਲ੍ਹ ਦੇ ਵਿੱਚ ਹੈ, ਉਹ ਤੋਂ ਮੰਤਰਾਲਾ ਵੀ ਵਾਪਸ ਨਹੀਂ ਲਿਆ ਜਾਂਦਾ, ਔਰ ਕਿਸ ਤਰ੍ਹਾਂ ਮਸਾਜ ਦੂਜਾ ਤੀਜਾ ਸਾਰਾ ਕੁਝ ਸਾਹਮਣੇ ਆ ਗਿਆ। ਅੱਜ ਮੈਂ ਸਮਝਦਾ ਕਿ ਸੇਫੇਸਟ ਅੱਡਾ ਔਰ ਸੇਫੇਸਟ ਕਾਰੋਬਾਰ ਦਾ ਚਲਾਉਣ ਵਾਲਾ ਦਫ਼ਤਰ ਜਿਹੜੇ ਹੈਗੇ ਆ ਉਹ ਦਿੱਲੀ ਸਰਕਾਰ ਦੀ ਜੇਲ੍ਹ ਤੇ ਜਾਂ ਇਹ ਪੰਜਾਬ ਦੀਆਂ ਜੇਲ੍ਹਾਂ ਬਣੀਆਂ ਹੋਈਆਂ ਜਿੱਥੋਂ ਆਰਾਮ ਨਾਲ ਬੈਠ ਕੇ ਫਰੌਤੀਆਂ ਮੰਗੀਆਂ ਜਾਂਦੀਆਂ। ਇਹ ਜਿਹੜੇ ਕੰਡੇ ਆ ਉਹ ਤੁਹਾਡੇ ਵਿਜੇ ਹੋਏ ਨੇ? ਦੇਖੋ ਦੋ ਗੱਲਾਂ ਨੇ, ਇਹ ਕਹਿ ਕੇ ਨਿਕਲਣਾ ਬੜਾ ਸੌਖਾ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ, ਤੇ ਪੰਜਾਬ ਦੇ ਕਈ ਜਿਹੜੇ ਬਰਨਿੰਗ ਇਸ਼ੂਸ ਨੇ ਉਹਨਾਂ ਤੇ ਗੱਲਬਾਤ ਦੇ ਲਈ ਸਾਡੇ ਨਾਲ ਮੌਜੂਦ ਨੇ ਚਰਨਜੀਤ ਸਿੰਘ ਬਰਾੜ, ਜਿਹੜੇ ਅਕਾਲੀ ਦਲ ਦੇ ਸਪੋਕਸ ਪਰਸਨ ਨੇ। ਕਈ ਸਵਾਲ ਇਹਨਾਂ ਤੇ ਪੁੱਛਾਂਗੇ, ਜਵਾਬ ਲਾਂਗੇ। ਚਰਨਜੀਤ ਬਰਾੜ ਜੀ, ਪਹਿਲਾਂ ਤਾਂ ਇਹ ਦੱਸੋ ਕਿ ਪੰਜਾਬ ਦਾ ਜਿਹੜਾ ਸਕੱਤਰੇਤ ਹੈ ਉਸ ਤੇ ਸਨਾਟਾ ਪਸਰਿਆ ਹੋਇਆ, ਤਾਲੇ ਲੱਗੇ ਹੋਏ ਨੇ, ਸਰਕਾਰ ਕਿੱਥੇ ਹੈ? ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਹੈ ਕਿ ਬੜੀ ਮੰਦਭਾਗੀ ਗੱਲ ਹੈ ਕਿ ਲੋਕਾਂ ਨੇ ਸਰਕਾਰ ਬੜੇ ਚਾਅ ਨਾਲ ਚੁਣੀ ਸੀ ਕਿ ਸਾਡੇ ਮਸਲੇ ਹੱਲ ਹੋਣਗੇ, ਪਰ ਸਰਕਾਰ ਜਦੋਂ ਦੀ ਬਣੀ ਹੈ ਜਾਂ ਤਾਂ ਇੱਕ ਕੀ ਕਹਿੰਦੇ ਆ ਹਨੀਮੂਨ ਪੀੜ ਹੁੰਦਾ, ਤੇ ਉਸ ਤੋਂ ਬਾਅਦ ਕੀ ਹੈ ਕਿ ਪਹਿਲਾਂ ਹਿਮਾਚਲ ਦੇ ਦੌਰੇ ਲੱਗੇ ਤੇ ਫਿਰ ਹੁਣ ਪੂਰੀ ਦੀ ਪੂਰੀ ਸਰਕਾਰ ਤੇ ਪਾਰਟੀ ਜਿਹੜੀ ਹੈ ਉਹ ਗੁਜਰਾਤ ਦੇ ਵਿੱਚ ਬੈਠੀ ਹੈ, ਜਿਹਦੇ ਕਰਕੇ ਮੈਂ ਸਮਝਦਾ ਕਿ ਜਿਹੜੇ ਰੁਟੀਨ ਦੇ ਕੰਮ ਨੇ ਜਿਵੇਂ ਗਰੀਬਾਂ ਨੂੰ ਕੋਈ ਰਾਸ਼ਨ ਵੰਡਣਾ ਜਾਂ ਕੋਈ ਗਰੀਬਾਂ ਦੇ ਬੱਚਿਆਂ ਦੇ ਜਿਹੜੇ ਸ਼ਗਨ ਦੇ ਕੰਮ ਹੈ ਜਾਂ ਗਰੀਬ ਬੱਚਿਆਂ ਦੇ ਸਕਾਲਰਸ਼ਿਪ ਦੇ ਕੰਮ ਹੈ, ਇਹ ਸਾਰੇ ਦੇ ਸਾਰੇ ਪੈਂਡਿੰਗ ਪਈ ਜਾਂਦੇ ਆ। ਔਰ ਇੱਥੋਂ ਤੱਕ ਵੀ ਜਿਹੜੀਆਂ ਜ਼ਰੂਰੀ ਨਿਯੁਕਤੀਆਂ, ਮੈਂ ਇੱਕ ਅੱਜ ਹਲੇ ਤੀਕ ਅੱਜ ਸਵੇਰੇ ਮੈਨੂੰ ਪਤਾ ਲੱਗਿਆ ਕਿ 21 ਦਿਨ ਬਚੇ ਆ ਸਿਰਫ ਚੇਅਰਮੈਨ ਬਿਜਲੀ ਬੋਰਡ ਦੇ ਜਿਹੜਾ ਲੱਗਿਆ ਹੋਇਆ, ਔਰ ਜੇ ਨਵਾਂ ਚੇਅਰਮੈਨ ਲਾਉਣਾ ਤੇ ਪਹਿਲਾਂ ਇਸ਼ਤਿਹਾਰ ਦੇਣਾ ਪੈਂਦਾ, ਫਿਰ ਬਕਾਇਦਾ ਉਹਦਾ ਕੋਈ ਸਕਰੂਟਨੀ ਹੁੰਦੀ ਹੈ ਤੇ 3 ਮਹੀਨੇ ਦਾ ਪ੍ਰੋਸੈਸ ਹੈ, ਤੇ ਜੇ 21 ਦਿਨ ਬਚੇ ਆ ਤੇ ਕੋਈ ਇਹਨਾਂ ਨੇ ਪ੍ਰੋਸੈਸ ਹੀ ਨਹੀਂ ਸ਼ੁਰੂ ਕੀਤਾ, ਤੇ 21 ਦਿਨਾਂ ਬਾਅਦ ਬਿਜਲੀ ਬੋਰਡ ਦਾ ਚੇਅਰਮੈਨ, ਇਹਦਾ ਮਤਲਬ ਬਸ ਕਿਸੇ ਖੱਬੇ ਸੱਜੇ ਚਾਰਜ ਦੇ ਦੇਣਗੇ। ਇਸੇ ਤਰ੍ਹਾਂ ਸਾਡੀ ਮੈਡੀਕਲ ਯੂਨੀਵਰਸਿਟੀ, ਉਹਦੇ VC ਦਾ ਰੌਲਾ, ਇਸੇ ਤਰ੍ਹਾਂ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਕਿਉਂਕਿ ਸਾਡਾ ਤਾਂ ਐਗਰੀਕਲਚਰ ਬੇਸਡ ਸੂਬਾ ਹੈ ਤੇ ਉਹਦੇ VC ਦਾ ਰੌਲਾ ਪਿਆ ਹੋਇਆ। ਮਤਲਬ ਜਿਹੜੇ ਜ਼ਰੂਰੀ ਕੰਮ ਹੈ ਔਰ ਟਾਈਮ ਸਿਰ ਕਰਨ ਵਾਲੇ ਕੰਮ ਹੁੰਦੇ ਆ, ਉਹ ਵੀ ਕੰਮ ਜਿਹੜੇ ਆ ਨਹੀਂ ਹੋ ਰਹੇ, ਰੁਟੀਨ ਦੇ ਕੰਮ ਜਿਹੜੇ ਹੈਗੇ ਆ। ਤੁਸੀਂ ਸਰ ਬਿਜਲੀ ਬੋਰਡ ਦੀ ਗੱਲ ਕੀਤੀ ਵੀ ਉਹਦੀ ਚੇਅਰਮੈਨ ਦੀ ਅਪਾਇੰਟਮੈਂਟ ਨਹੀਂ ਹੋਈ, ਇਹ ਜਿਹੜਾ ਸਰਕਾਰ ਨੇ ਜਿਹੜਾ ਬਿਜਲੀ ਦੇ ਜਿਹੜੇ ਟੈਰਿਫ ਸੀ ਘਟਾਏ ਸੀ, ਉਹਦਾ ਕਰੰਟ ਲੱਗ ਰਿਹਾ ਤੁਹਾਨੂੰ ਕਿ ਨਹੀਂ? ਦੇਖੋ, ਦੋ ਗੱਲਾਂ ਨੇ ਕਿ 300 ਯੂਨਿਟ ਬਿਜਲੀ ਇਹਨਾਂ ਨੇ ਫ੍ਰੀ ਕੀਤੀ ਹੈ ਔਰ ਸ਼ਰਤਾਂ ਕੁਛ ਲਾਈਆਂ ਨੇ, ਕੁਛ ਜਗ੍ਹਾ ਹਾਲੇ ਤੀਕ ਮੈਨੂੰ ਲੱਗਦਾ ਗੁਜਰਾਤ ਦੇ ਇਲੈਕਸ਼ਨ ਕਰਕੇ ਉਹ ਸ਼ਰਤਾਂ ਇੰਪਲੀਮੈਂਟ ਨਹੀਂ ਕਰ ਰਹੇ, ਇੱਕ ਵਾਰੀ ਰਿਲੀਫ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਇੱਕ ਗੱਲ ਹੈ। ਇੱਕ ਗੱਲ ਨਹੀਂ, ਮੇਰਾ ਤਾਂ ਖੈਰ ਨਹੀਂ ਘੱਟ ਹੋਇਆ, ਮੈਂ ਤਾਂ ਐਵੇਂ ਕਹਾਂ ਕੋਈ ਡਿਟੇਲ ਬਹੁਤੀ, ਕਿਉਂਕਿ ਮੇਰਾ ਕੁਦਰਤੀ ਗੱਲ ਹੈ ਕਿ ਜਿੱਥੇ ਮੇਰਾ ਘਰ ਹੈ ਉੱਥੇ ਲੋਡ ਵੱਧ ਹੈ, ਸ਼ਾਇਦ ਉਹਨਾਂ ਸ਼ਰਤਾਂ ਚ ਨਾ ਆਉਂਦਾ ਹੋਵੇ, ਨਾ ਹੀ ਮੈਂ ਇੰਨਾ ਬਰੀਕੀ ਚ ਗਿਆ। ਤਾਂ ਉਹ ਵੱਡੀ ਗੱਲ ਇਹ ਹੈਗੀ ਹੈ ਕਿ ਅੱਜ ਹਾਲਾਤ ਕੀ ਨੇ, ਬਿਜਲੀ ਬੋਰਡ ਨੂੰ ਪੈਸੇ ਨਹੀਂ ਜਾ ਰਹੇ, ਬਿਜਲੀ ਬੋਰਡ ਦੇ ਵਿੱਚ ਭਰਤੀਆਂ ਇਹਨਾਂ ਨੇ ਕਰਨ ਨੂੰ ਕਿਹਾ ਸੀ ਉਹ ਭਰਤੀਆਂ ਨਹੀਂ ਹੋ ਰਹੀਆਂ। ਤੁਹਾਡੇ ਧਿਆਨ ਚ ਹੋਣਾ ਜਦੋਂ ਝੋਨੇ ਦਾ ਸੀਜ਼ਨ ਸੀ ਕਿਵੇਂ ਗ੍ਰਿੱਡਾਂ ਤੇ ਧਰਨੇ ਲੱਗ ਰਹੇ ਸੀ, ਕਿਵੇਂ ਬਿਜਲੀ ਦੇ ਕੱਟ ਲੱਗ ਰਹੇ ਸੀ। ਔਰ ਵੱਡੀ ਗੱਲ ਹੈ ਕਿ ਸਰਕਾਰ ਦਾ ਬਿਜਲੀ ਵਾਲੇ ਮਹਿਕਮੇ ਤੇ ਮੈਂ ਕਹਾਂ ਕਿ ਯੂ ਟਰਨ ਕਿੱਡਾ ਵੱਡਾ ਹੈ। ਸਾਡੇ ਵੇਲੇ ਕਹਿੰਦੇ ਸੀ ਕਿ ਅਸੀਂ ਇਹ ਥਰਮਲ ਪ੍ਰਾਈਵੇਟ ਬੰਦ ਕਰ ਦਿਆਂਗੇ, ਇਹ ਗਲਤ ਸਮਝੌਤੇ ਕੀਤੇ ਆ, ਤੇ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਇਹ ਬੰਦ ਕਿਉਂ ਨਹੀਂ ਕੀਤੇ ਜਾਂ ਇਹ ਸਮਝੌਤੇ ਤੋੜੇ ਕਿਉਂ ਨਹੀਂ ਜਿਹੜੇ ਤੁਸੀਂ ਕਹਿੰਦੇ ਸੀ ਕਿ ਇਹਨਾਂ ਨੇ ਗਲਤ ਕੀਤੇ ਆ, ਫਿਰ ਪੰਜਾਬ ਦੇ ਹਿੱਤ ਚ ਫੈਸਲਾ ਲੈ ਲੈਂਦੇ? ਨਹੀਂ, ਗੁੰਮਰਾਹ ਕੀਤਾ ਇਕੱਲਾ। ਅੱਜ ਜੇ ਪੰਜਾਬ ਦੇ ਉਹ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਲੱਗੇ ਜੇ ਬੰਦ ਹੋ ਜਾਣ ਤੇ ਪੰਜਾਬ ਹਨੇਰ ਘੁੱਪ ਚ ਜਾ ਸਕਦਾ। ਇਸ ਕਰਕੇ ਸਰਕਾਰ ਤੋਂ ਬਾਹਰ ਰਹਿ ਕੇ ਹੋਰ ਗੱਲਾਂ ਕਰਨੀਆਂ ਤੇ ਸਰਕਾਰ ਚ ਆ ਕੇ ਗੱਲਾਂ ਬਦਲ ਲੈਣੀਆਂ, ਸਾਡੇ ਮੁਲਕ ਦੀ ਇਹ ਸਭ ਤੋਂ ਵੱਡੀ ਬਦਕਿਸਮਤੀ ਹੈ। ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ, ਸਾਰੇ ਪੱਖਾਂ ਤੇ ਕੀਤਾ, ਤੁਸੀਂ ਇੱਕ ਪੱਖ ਨਹੀਂ, ਤੁਸੀਂ ਸਾਰਿਆਂ ਤੇ ਲੈ ਲਓ। ਅੱਜ ਧਰਨਿਆਂ ਤੇ ਬਹਿਣ ਵਾਲੇ ਲੋਕਾਂ ਨੂੰ ਡਾਂਗਾਂ ਵੱਜਦੀਆਂ ਤੇ ਧਰਨਿਆਂ ਚੋਂ ਇਹ ਪਾਰਟੀ ਨਿਕਲੀ ਹੈ ਤੇ ਧਰਨਿਆਂ ਚ ਬੈਠੇ ਕੇਜਰੀਵਾਲ ਸਾਹਿਬ ਐਲਾਨ ਕੀ ਕਰਦੇ ਸੀ? ਤੁਹਾਡੇ ਹੱਥ ਚ ਇੱਕ ਕਾਗਜ਼ ਹੈਗਾ, ਤੁਸੀਂ ਇੱਕ ਯੂ ਟਰਨ ਜਿਹੜੇ ਸਰਕਾਰ ਦੇ ਹੈਗੇ ਉਹਨਾਂ ਦੀ ਲਿਸਟ ਬਣਾਈ ਹੋਈ ਹੈ, ਸਾਨੂੰ ਦੱਸਣਗੇ ਕਿਹੜੇ ਯੂ ਟਰਨ ਹੈ? ਗਿਣਤੀ ਕੀਤੀ ਹੈ ਤੁਸੀਂ? ਮੈਂ ਉਹੀ ਬੇਨਤੀ ਕਰਾਂ ਕਿ ਇਹ ਆਪਦੇ ਗੁਰੂ ਤੋਂ ਗੁੜਤੀ ਲੈ ਕੇ ਚੱਲੇ ਹੋਏ ਆ। ਵੈਸੇ ਵੀ ਪਾਰਟੀ ਦਾ ਜਿਹੜਾ ਸੁਪਰੀਮੋ ਹੋਵੇ ਉਹਦੇ ਆਰਡਰ ਨੂੰ ਜਾਂ ਉਹਦੀਆਂ ਗੱਲਾਂ ਨੂੰ ਹੀ ਫਾਲੋ ਕਰਨਾ ਹੈ ਪਾਰਟੀ ਨੇ,
ਤੇ ਇਹਨਾਂ ਦਾ ਸੁਪਰੀਮੋ ਕੀ ਕਹਿੰਦਾ ਸੀ ਕਿ ਮੈਂ ਕੋਈ ਸਿਆਸਤ ਚ ਨਹੀਂ ਆਊਂਗਾ, ਫਿਰ ਕਹਿੰਦਾ ਮੈਂ ਕੋਈ ਪਾਰਟੀ ਚ ਨਹੀਂ ਬਣਾਊਂਗਾ, ਫਿਰ ਬੱਚਿਆਂ ਦੀ ਕਸਮ ਖਾ ਗਿਆ ਕਹਿੰਦਾ ਮੈਂ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰੂੰਗਾ, ਫਿਰ ਕਹਿੰਦਾ ਮੈਂ ਗਾੜੀ ਨਹੀਂ ਲਊਂਗਾ, ਮੈਂ ਬੰਗਲਾ ਨਹੀਂ ਲਊਂਗਾ, ਮੈਂ ਗਨਮੈਨ ਨਹੀਂ ਲਊਂਗਾ, ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਔਰ 9-9 ਕਰੋੜ ਰੁਪਇਆ ਤਾਂ ਬੰਗਲਿਆਂ ਦੀ ਰੈਨੋਵੇਸ਼ਨ ਤੇ ਲੱਗ ਰਿਹਾ, ਜਿਵੇਂ ਕਿਤੇ 5-star ਹੋਟਲ ਹੁੰਦਾ ਹੈ, ਇਦੋਂ ਵੱਡਾ ਤੇ ਵਧੀਆ ਬਣਾਇਆ ਗਿਆ, ਇਹ ਸਾਰਾ ਕੁਝ ਹੋਇਆ। ਔਰ ਪੰਜਾਬ ਸਰਕਾਰ ਨੇ ਜੋ ਕਿਹਾ ਸੀ, ਕਹਿੰਦੇ ਸੀ ਅਸੀਂ ਖਰਚੇ ਹੀ ਘੱਟ ਕਰ ਦਾਂਗੇ, ਤੇ ਜਿਸ ਦਿਨ ਮੁੱਖ ਮੰਤਰੀ ਨੇ ਸਾਹਿਬ ਨੇ ਸਹੁੰ ਚੁੱਕੀ, 4 ਹੈਲੀਕਾਪਟਰ ਖਟਕੜ ਕਲਾਂ ਦੀ ਧਰਤੀ ਤੇ ਉਤਰੇ ਸੀ, ਸੈਂਕੜੇ ਏਕੜ ਕਣਕ ਉਜਾੜ ਕੇ, ਤੇ ਉੱਥੇ ਜਿਹੜਾ ਸੀਗਾ ਪੈਸੇ ਦਿੱਤੇ ਕਣਕ ਦੇ ਕਿ ਨਾ ਦਿੱਤੇ ਤਾਂ ਫਿਰ ਲੋਕ ਦੱਸਣਗੇ, ਪਰ ਉੱਥੇ ਬਹੁਤ ਵੱਡੀ ਪੱਧਰ ਤੇ ਖਰਚਾ ਹੋਇਆ ਤੇ ਸਾਰੇ ਦੇਸ਼ ਦੇ ਵਿੱਚ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਗਏ ਸੀ, ਕਰੋੜਾਂ ਰੁਪਇਆ ਖਰਚਿਆ ਗਿਆ ਸੀਗਾ, ਤੇ ਉੱਥੋਂ ਹੀ ਗੱਲ ਬਦਲਣੀ ਸ਼ੁਰੂ ਹੋ ਗਈ ਸੀ। ਫਿਰ ਕਹਿੰਦੇ ਸੀ ਅਸੀਂ ਸਿਕਿਉਰਟੀਆਂ ਘਟਾਵਾਂਗੇ, ਘਟਾ ਕੇ ਕਈਆਂ ਦੀ ਜਾਨ ਵੀ ਲੈ ਲਈ, ਅਖਬਾਰਾਂ ਚ ਵੀ ਦਿੱਤਾ, ਟੈਲੀਵਿਜ਼ਨਾਂ ਤੇ ਵੀ ਦੱਸਤਾ, ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ, ਅੰਬੀਆਂ ਦਾ ਕਤਲ ਹੋਇਆ, ਇਹ ਸਾਰਾ ਕੁਝ ਹੈ, ਭਾਵੇਂ ਉਸ ਤੋਂ ਬਾਅਦ ਚ ਹਾਈ ਕੋਰਟ ਚ ਜਾ ਕੇ ਯੂ ਟਰਨ ਲੈ ਲਿਆ ਕਿ ਨਹੀਂ ਅਸੀਂ ਸਿਕਿਉਰਟੀ ਬਹਾਲ ਕਰਾਤੀ, ਪਰ ਉਹ ਮਾਂ ਦਾ ਪੁੱਤ ਤਾਂ ਨਹੀਂ ਮਰੇ ਮੁੜੇ ਨਾ, ਜਿਹੜੇ ਬਾਕੀ ਮਾੜੇ ਗਏ ਉਹ ਨਹੀਂ ਮੁੜੇ, ਤੇ ਆਪ ਫਿਰ ਹਜ਼ਾਰ ਹਜ਼ਾਰ ਗਨ ਲੰਮਣ ਲਈ ਫਿਰਦੇ ਆ। ਕਿਸੇ ਵੇਲੇ ਸਾਹ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਖਟਾਸ ਕਰਦੇ ਸੀ ਮੁੱਖ ਮੰਤਰੀ ਸਾਹਿਬ, ਜੇ ਲੋਕਾਂ ਚ ਜਾਣ ਤੋਂ ਡਰਦੇ ਹੋ ਤੇ ਫਿਰ ਇਹ ਹੋਰ ਕੋਈ ਕੰਮ ਕਰ ਲਓ। ਅੱਜ ਉਹੀ ਹਜ਼ਾਰ ਗਨਮੈਨ, ਸਾਡੇ ਵੇਲੇ ਜਿੰਨੀਆਂ ਗੱਡੀਆਂ ਚੱਲਦੀਆਂ ਸੀ ਉਦੋਂ ਡੇਢੀਆਂ ਗੱਡੀਆਂ ਹੋ ਗਈਆਂ ਮੁੱਖ ਮੰਤਰੀ ਦੇ ਕਾਫਲੇ, ਡੇਢੀਆਂ ਰਿਟਰਨ ਚ ਕਿਸੇ ਨੇ RTI ਪਾਈ ਤੇ ਉਹ ਸਾਹਮਣੇ ਆਈ। ਇਸ ਕਰਕੇ ਖਰਚੇ ਘਟਾਉਣ ਦੀਆਂ ਗੱਲਾਂ ਕਰਨ ਵਾਲੇ 700 ਕਰੋੜ ਰੁਪਏ ਦਾ ਬਜਟ ਇਹਨਾਂ ਨੇ ਕੱਲੇ ਅਖਬਾਰਾਂ ਤੇ ਟੈਲੀਵਿਜ਼ਨਾਂ ਲਈ ਰੱਖਿਆ। ਗੁੱਸੇ ਨਾ ਹੋ ਜਾਓ ਕਿਤੇ ਵੀ ਤੁਹਾਡਾ ਵੀ ਤੁਹਾਡੀ ਗੱਲ ਕਰਤੀ ਹੈ, ਅਖਬਾਰਾਂ ਤੇ ਟੈਲੀਵਿਜ਼ਨਾਂ ਤੇ ਝੂਠ ਬੋਲਣ ਨੂੰ ਰੱਖਿਆ। ਮੈਂ ਇੱਕ ਗੱਲ ਕਹਾਂ, ਜੇ ਤਾਂ ਕੋਈ ਕੰਮ ਕਰੇ ਤੇ ਉਹਦਾ ਆਪੇ ਖੜਕਾ ਹੋ ਜਾਂਦਾ, ਇਹ ਕੱਲੇ ਝੂਠ ਬੋਲਣ ਨੂੰ ਰੱਖਿਆ। ਇਹ ਬੜੀ ਮੰਦਭਾਗੀ ਗੱਲ ਹੈ। ਜਦੋਂ ਸਰਕਾਰ ਬਣਾਉਣੀ ਸੀ ਉਦੋਂ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰ ਦਿਆਂਗੇ, ਤੇ ਪਹਿਲੀ ਸਰਕਾਰ ਹੈ ਜਿਹਨੇ ਖੁਦ ਲਿਖਤਾ ਕਿ ਅਸੀਂ 35,050 ਕਰੋੜ ਦਾ ਤਾਂ ਕਰਜ਼ਾ ਨਵਾਂ ਲਵਾਂਗੇ। ਹੁਣ ਕੇਜਰੀਵਾਲ ਸਾਹਿਬ ਦਾ ਉਹ ਗੱਲਾਂ ਕਿੱਥੇ ਗਈਆਂ? ਕਹਿੰਦੇ ਜੀ 45,000 ਕਰੋੜ ਦਾ ਤਾਂ ਮੈਂ ਇੰਤਜ਼ਾਮ ਕਰੀ ਬੈਠਾ, ਇੰਨੇ ਦੀ ਰਿਸ਼ਵਤ ਜਾਂਦੀ ਹੈ, ਇੰਨੇ ਦਾ ਰੇਤਾ ਬਜਰੀ ਚੋਂ ਕੱਢ ਲਾਂਗੇ, ਇੰਨੇ ਦਾ ਸ਼ਰਾਬ ਚੋਂ ਕੱਢ ਲਾਂਗੇ, ਤੇ ਇਹ ਤਾਂ ਮੈਂ ਸਾਰੇ ਇੰਤਜ਼ਾਮ ਕਰੀ ਬੈਠਾ। ਹੁਣ ਫਿਰ ਕਰਜ਼ਾ ਕਿਉਂ ਲਈ ਜਾਂਦੇ ਆ? ਉਲਟਾ ਕੀਤਾ ਕੀ, ਜਿਹੜੀ ਸ਼ਰਾਬ ਦੇ ਸਾਡੇ ਠੇਕਿਆਂ ਚ 5% ਕਮਿਸ਼ਨ ਜਾਂਦਾ ਸੀ ਉਹ ਵਧਾ ਕੇ 10 ਕਰ ਲਿਆ। ਜਿਵੇਂ ਦਿੱਲੀ ਦੇ ਵਿੱਚ ਲੈਣ ਦੇਣ ਹੋਣ ਦੀਆਂ ਪਰਚੇ ਦਾਖਲ ਦਰਜ ਹੋਏ, ਇੱਥੇ ਵੀ ਉਹੀ ਕੁਛ ਹੋਇਆ। ਇਹ ਅੱਜ ਤੀਕਰ ਕੇਜਰੀਵਾਲ ਸਾਹਿਬ ਜਾਂ ਪੰਜਾਬ ਸਰਕਾਰ ਦੱਸੇ ਤਾਂ ਸਹੀ ਨਾ ਵੀ ਇਹ 5 ਤੋਂ 10 ਕਿਉਂ ਕੀਤਾ ਤੇ ਉਹ 5 ਕਿਹਦੀ ਜੇਬ ਚ ਜਾ ਰਿਹਾ। ਇਸ ਕਰਕੇ ਇਹ ਗੱਲਾਂ ਸਾਰੀਆਂ ਫਰੋਲਣ ਵਾਲੀਆਂ ਨੇ। ਪਿਛਲੇ ਮਹੀਨੇ ਸਰਕਾਰ ਨੇ ਇੱਕ ਆਰਡਰ ਕੱਢਿਆ ਕਿ ਜਿਹੜਾ ਗਨ ਕਲਚਰ ਹੈ ਉਸ ਨੂੰ ਰੋਕਿਆ ਜਾਏਗਾ, ਜਿਹੜੀ ਗਲੋਰੀਫਿਕੇਸ਼ਨ ਆਫ ਗਨਸ ਜਾਂ ਫਿਰ ਵੈਪਨਸ ਹੈ ਹਥਿਆਰਾਂ ਦੀ ਅਸਲੇ ਦੀ ਉਸ ਨੂੰ ਵੀ ਰੋਕਿਆ ਜਾਏਗਾ, ਪਾਬੰਦੀ ਲਾ ਜਾਏਗੀ ਗਾਣਿਆਂ ਤੇ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੇ ਇਹ ਜਿਹੜਾ ਮੁਹਿੰਮ ਛੱਡੀ ਸੀ ਉਸਦੇ ਚਲਦੇ ਉਹ ਆਪ ਇੱਕ ਕਟਹਿਰੇ ਚ ਖੜੀ ਹੋ ਗਈ? ਦੇਖੋ ਮੈਂ ਇਹਨੂੰ ਥੋੜਾ ਜਿਹਾ ਪਿੱਛੇ ਲਿਜਾਊਂਗਾ, ਮੇਰੀ ਬੇਨਤੀ ਹੈ ਤੁਸੀਂ ਬੀਅਰ ਕਰਿਓ ਇਸ ਗੱਲ ਨੂੰ। ਪੰਜਾਬ ਅਸਥਿਰਤਾ ਦੇ ਦੌਰ ਚੋਂ ਲੰਘ ਰਿਹਾ, ਪੰਜਾਬ ਗੈਂਗਸਟਰਾਂ ਦੀ ਭੇਟ ਚੜ ਰਿਹਾ, ਪੰਜਾਬ ਆਪਸ ਭਾਈਚਾਰਕ ਸਾਂਝ ਟੁੱਟਣ ਵੱਲ ਨੂੰ ਵੱਧ ਰਿਹਾ। ਉਹਦੇ ਚੋਂ ਇੱਕ ਇਹਨਾਂ ਨੇ ਸ਼ਗੂਫਾ ਛੱਡਿਆ ਕਿ ਅਸੀਂ ਜਿਹੜੇ ਗਨ ਕਲਚਰ ਹੈ ਉਹਨੂੰ ਰੋਕਾਂਗੇ, ਪਲੱਸ ਅਸੀਂ ਜਿਹੜੇ ਵੈਪਨਾਂ ਦੇ ਲਾਇਸੈਂਸ ਹੈ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ, ਤੇ ਜਦੋਂ ਜਿਹੜੀਆਂ ਗਨ ਕਲਚਰ ਰੋਕਣ ਲਈ ਨਾਲ ਦੀ ਨਾਲ ਪਰਚੇ ਦਰਜ ਕਰਨੇ ਸ਼ੁਰੂ ਕਰਤੇ। ਤੁਹਾਡੇ ਯਾਦ ਹੋਣਾ ਇੱਕ 5 ਸਾਲ ਦੇ ਬੱਚੇ ਨੇ ਇੱਕ ਵੈਪਨ ਨਾਲ ਫੋਟੋ ਪਾਈ ਸੀ 5 ਸਾਲ ਪਹਿਲਾਂ, ਤੇ ਉਹ ਹੁਣ 10 ਸਾਲ ਦਾ ਸੀ, ਉਹਦੇ ਤੇ ਪਰਚਾ ਦਰਜ ਕਰਤਾ। ਹੋਰ ਕਈਆਂ ਤੇ ਕਰਤੇ, ਤੇ ਜਦੋਂ ਵਿਰੋਧੀ ਧਰਨੇ ਤੇ ਲੋਕਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਲਾ ਕੇ ਇਹਨਾਂ ਦੇ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਕੀ ਹੈਗੇ ਆ ਉਹਨਾਂ ਤੋਂ ਲਾ ਕੇ ਸਰਕਾਰ ਦੇ ਇਰਦ ਗਿਰਦ ਦੇ ਬੰਦਿਆਂ ਦੀਆਂ ਜਦੋਂ ਫੋਟੋਆਂ ਕੱਢ ਕੇ ਪਾਈਆਂ ਤੇ ਸਰਕਾਰ ਜਿਹੜੀ ਆ ਉਹ ਕੁੜਿੱਕੀ ਚ ਫਸ ਗਈ। ਫਿਰ ਕਹਿੰਦੇ ਜੀ 72 ਘੰਟੇ ਅਸੀਂ ਹਟਾਉਣ ਦਾ ਸਮਾਂ ਲੈਨੇ ਆ। ਇਸ ਕਰਕੇ ਹਾਸੋ ਹੀ ਨੇ ਆਰਡਰ ਨੇ। ਔਰ ਤੁਸੀਂ ਤੇ ਮੈਂ ਇਹਦੇ ਤੇ ਚਰਚਾ ਕਰ ਰਹੇ ਹਾਂ, ਚਰਚਾ ਇਹ ਹੋਣੀ ਚਾਹੀਦੀ ਕਿ ਗੈਂਗਸਟਰਾਂ ਨੂੰ ਕਿਉਂ ਨਹੀਂ ਦੱਤ ਪਾਈ ਜਾ ਰਹੀ, ਗੈਂਗਸਟਰਾਂ ਨੂੰ ਗਰਲਫ੍ਰੈਂਡਾਂ ਨਾਲ ਕਿਉਂ ਮਿਲਾਇਆ ਜਾ ਰਿਹਾ, ਗੈਂਗਸਟਰਾਂ ਨੂੰ ਕਸਟਡੀ ਚੋਂ ਹੀ ਕਿਉਂ ਦੌੜਾਇਆ ਜਾ ਰਿਹਾ ਤੇ ਫਿਰ ਜਾ ਕੇ ਦਿੱਲੀ ਪੁਲਿਸ ਫੜਦੀ ਹੈ? ਇਸ ਕਰਕੇ ਇਹ ਮੈਂ ਸਮਝਦਾ ਕਿ ਬੜਾ ਵੱਡਾ ਇੱਕ ਜਾਂਚ ਦਾ ਵਿਸ਼ਾ ਹੈ। ਤਿਹਾੜ ਜੇਲ੍ਹ ਦੇ ਵਿੱਚ ਬੈਠ ਕੇ ਸਿੱਧੂ ਮੂਸੇਵਾਲੇ ਦੀ ਕਤਲ ਦੀ ਜਿਹੜੀ ਸਾਜਿਸ਼ ਰਚੀ ਜਾਂਦੀ ਹੈ, ਉਸੇ ਤਿਹਾੜ ਜੇਲ੍ਹ ਦਾ ਉਹੀ ਮੰਤਰੀ ਹੈ ਜਿਹੜਾ ਖੁਦ ਜੇਲ੍ਹ ਦੇ ਵਿੱਚ ਆ, ਉਹ ਤੋਂ ਮੰਤਰਾਲਾ ਵੀ ਵਾਪਸ ਨਹੀਂ ਲਿਆ ਜਾਂਦਾ, ਔਰ ਕਿਸ ਤਰ੍ਹਾਂ ਮਸਾਜ ਦੂਜਾ ਤੀਜਾ ਸਾਰਾ ਕੁਝ ਸਾਹਮਣੇ ਆ ਗਿਆ। ਅੱਜ ਮੈਂ ਸਮਝਦਾ ਕਿ ਸੇਫੇਸਟ ਅੱਡਾ ਔਰ ਸੇਫੇਸਟ ਕਾਰੋਬਾਰ ਦਾ ਚਲਾਉਣ ਵਾਲਾ ਦਫ਼ਤਰ ਜਿਹੜੇ ਹੈਗੇ ਆ ਉਹ ਦਿੱਲੀ ਸਰਕਾਰ ਦੀ ਜੇਲ੍ਹ ਤੇ ਜਾਂ ਇਹ ਪੰਜਾਬ ਦੀਆਂ ਜੇਲ੍ਹਾਂ ਬਣੀਆਂ ਹੋਈਆਂ ਜਿੱਥੋਂ ਆਰਾਮ ਨਾਲ ਬੈਠ ਕੇ ਫਰੌਤੀਆਂ ਮੰਗੀਆਂ ਜਾ ਰਹੀਆਂ। ਅੱਜ ਜਿੱਥੋਂ ਮਰਜ਼ੀ ਕਿਸੇ ਨੂੰ ਫਰੌਤੀ ਦਾ ਫੋਨ ਜਾਂਦਾ, ਜੇ ਨਹੀਂ ਦਿੰਦੇ ਤਾਂ ਸ਼ਾਮ ਨੂੰ ਘਰ ਤੇ ਫਾਇਰਿੰਗ ਹੋ ਜਾਂਦੀ ਹੈ, ਕੋਈ ਕਿਸੇ ਪੁਲਿਸ ਕੋਲੇ ਵੀ ਜਾਣ ਬੂਝ ਜੋਗੇ ਲੋਕ ਨਹੀਂ ਹੈਗੇ, ਡਰਦੇ ਹੈਗੇ ਆ। ਇਸ ਕਰਕੇ ਪੰਜਾਬ ਬਹੁਤ ਅਸਥਿਰਤਾ ਦੇ ਮਾਹੌਲ ਚੋਂ ਲੰਘ ਲਿਆ। ਇਹ ਤਾਂ ਇੱਕ ਸ਼ਗੂਫਾ ਛੱਡਿਆ ਸੀ ਜਿਹੜਾ ਉਹ ਕਹਿੰਦੇ ਤੀਰ ਕਿਸੇ ਵੱਲ ਨੂੰ ਛੱਡਿਆ ਤੇ ਆਪਣੇ ਗੋਡਿਆਂ ਨੂੰ ਲੱਗ ਗਿਆ ਸਰਕਾਰ ਦੇ, ਉਹ ਹਾਲਾਤ ਬਣੇ ਆ। ਲੈਂਡ ਆਰਡਰ ਦੀ ਗੱਲ ਕੀਤੀ, ਇਹ ਪਿਛਲੇ ਮਹੀਨੇ 2 ਜਿਹੜੇ ਟਾਰਗੇਟ ਕਿਲਿੰਗਸ ਹੋਈਆਂ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਲੈ ਕੇ ਕੀ ਕਹੋਗੇ ਕਿ ਸਰਕਾਰ ਦੀ ਪਕੜ ਜਿਹੜੀ ਹੈ ਲਾ ਐਂਡ ਆਰਡਰ ਤੇ ਕਮਜ਼ੋਰ ਪਈ ਜਾ ਰਹੀ ਹੈ?
देखो मैं एक गल कहां कि लॉ एंड आर्डर के मामले च पंजाब दे विच शहरी लोग ते चंगे जिहड़े बसिंदे है वह सारे डर रहे हैं। मैं एक मुख्यमंत्री साहब नूं अपील बेनती करूंगा कि वोटां आउणी जाणी चीज है, सरकारां आउणी जाणी चीज है, कृपा करके पंजाब दे लॉ एंड आर्डर नूं संभालो। इत्थे तुसीं बचण वसणा, इत्थे असीं वसणा, इत्थे तुहाडे ते साडे बच्चिआं ने वसणा। अज पंजाब दे हालात बहुत बुरे जा रहे हैं। जे 80 दा दौर याद करिए ते हिंदू भाईचारक हिंदू सिख भाईचारक सांझ तां उदों नहीं टुट्टी सी, इन्हां दी सरकार आउण ते पटियाला जिहड़ी है उह वी टुट गई, फिर क्रिश्चना नाल माहौल ऐसा बिगड़िया, फिर अज हालात इहो जिहे बणदे जा रहे हैं कि लोग बहुत डर दे सहम दे माहौल च है। इत्थे नवीं इनवैसटमेंट तां आउणी की है, पुरानी जिहड़ी हैगी है ओ जानू जिहड़ी हैगी है तैयार होई फिरदी है। ऐसे हालात है, इह सरकार नूं सांभणा चाहीदा। और सरकार वैसे ही हर गल च हासोहीणी स्थिति बनाउंदी है। सरकार बणदिआं इक सरकार ने फैसला लिया कि दिल्ली सरकार नूं असीं इक समझौता करदे हां ते साडियां फाइलां देख सकदी है। एक मैं तो यह कहूंगा, एक जे चंगे भाषा दे विच कहां ते पावर ऑफ अटॉर्नी जिहड़ी हैगी है वह दिल्ली सरकार नूं देती सी, वह किसी सियाने अफसर ने लीक करती भी यार ये तो ज्याती है पंजाब नाल, भी ये तो एक म्यूनसिपल कारपोरेशन वर्गा सूबा है जिहड़ा दिल्ली, ते ये जिहड़े हैगे है भी ये तो साडा पंजाब दा तां जो गलरी एडा वधिया साडा सूबा ते इहदा सारा कुछ ही नंगा कर देणगे। तां उहनां ने लीक करती, वह सोशल मीडिया से आ गई, रातों रात बदल गए, कहते नहीं नहीं यह नहीं साडा तां एक पेज का समझौता सी, भावे पावर अटॉर्नी देती पर शर्तां थोड़ियां ढिल्लियां करके देतियां। यह भी पहली बारी है यार, किहड़े पासे तुरी हुई है सरकार। बराड़ साहब तुसी गैंगस्टर्स की गल कर रहे सी, सरकार दे जिहड़े नुमाइंदे ने असीं उन्हां दे नाल गल कीती, तो कह रहे सी कि देखो सानू तो सिर्फ 7-8 महीने होए आ, ये जिहड़े कंडे आ उह तुहाडे विजे होए ने। देखो दो गल्लां ने, इह कह के निकलना बड़ा सौखा है, जदों कोई भी गल हुंदी है ते हमेशा कहंदे आ जी ये पुरानी सरकार दे कंडे बीजे आ। मेरी यह बेनती है कि किहड़े वर्ल्ड दे किहड़े सूबे च नशा है, नहीं इन्हां ने किवें उड़ता पंजाब वर्गियां फिल्मां कोलों स्पोंसर कर करके बनवाईआं, पंजाब नूं बदनाम कीता। असीं नहीं कहंदे नशा उदों है नहीं सी, अज तां उदों वी वध गया। इन्हां दे MLA कहंदे आ नशा छडाऊ केंद्र असीं बणाए, बहुत कुछ कीता, उह अज बंद पए आ। ਇਹ ਜਿਹੜੇ ਜਿਹੜੀਆਂ ਦਵਾਈਆਂ ਉਹ ਜਾ ਹੀ ਨਹੀਂ ਰਹੀਆਂ ਨਸ਼ਾ ਛਡਾਉਣ ਲਈ, ਇਹ ਵੀ ਤੁਹਾਡੇ ਸਾਹਮਣੇ ਆ। ਇਸੇ ਤਰ੍ਹਾਂ ਜਿਹੜੇ ਹੈਗੇ ਜੇ ਗੈਂਗਸਟਰ ਹੈ ਸਾਰੇ ਵਰਲਡ ਚ ਹੈਗੇ ਆ, ਮੈਂ ਇਹ ਨਹੀਂ ਕਹਿੰਦਾ ਗਾ ਨਾ ਵਿਖਾਓ ਝੂਠੇ ਯਾਰ, ਇਹੀ ਮੁਲਕ ਇਹੀ ਸੂਬੇ ਅਸੀਂ ਇੱਥੇ ਹੀ ਵਸਣਾ। ਜਦੋਂ ਝੂਠੇ ਸਬਜ ਬਾਗ ਵਿਖਾ ਦਿੰਦੇ ਆ ਤੇ ਇੱਕ ਵਾਰੀ ਤਾਂ ਲਾਰੇ ਚ ਆ ਜਾਣਗੇ ਲੋਕ, ਅਗਲੇ ਵਾਰੀ ਨੂੰ ਕਿੱਥੇ ਜਾਣਗੇ, ਅਗਲੇ ਵਾਰੀ ਜਵਾਬ ਨਹੀਂ ਮੰਗਣਗੇ। ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਜਿੰਨੀਆਂ ਗੱਲਾਂ ਕੀਤੀਆਂ ਉਹ ਕਿਰਪਾ ਕਰਕੇ ਪੂਰੀਆਂ ਕਰਨ। ਕਿਹੜੇ ਵਰਲਡ ਦੇ ਕਿਹੜੇ ਸੂਬੇ ਚ ਨਸ਼ਾ ਹੈ, ਨਹੀਂ ਇਹਨਾਂ ਨੇ ਕਿਵੇਂ ਉੜਤਾ ਪੰਜਾਬ ਵਰਗੀਆਂ ਫਿਲਮਾਂ ਕੋਲੋਂ ਸਪੌਂਸਰ ਕਰ ਕਰਕੇ ਬਣਵਾਈਆਂ, ਪੰਜਾਬ ਨੂੰ ਬਦਨਾਮ ਕੀਤਾ। ਅਸੀਂ ਨਹੀਂ ਕਹਿੰਦੇ ਨਸ਼ਾ ਉਦੋਂ ਹੈਣੀ ਸੀ, ਅੱਜ ਤਾਂ ਉਦੋਂ ਵੀ ਵੱਧ ਗਿਆ। ਇਹਨਾਂ ਦੇ MLA ਕਹਿੰਦੇ ਆ ਨਸ਼ਾ ਛਡਾਊ ਕੇਂਦਰ ਅਸੀਂ ਬਣਾਏ, ਬਹੁਤ ਕੁਛ ਕੀਤਾ, ਉਹ ਅੱਜ ਬੰਦ ਪਏ ਆ। ਇਹ ਜਿਹੜੇ ਜਿਹੜੀਆਂ ਦਵਾਈਆਂ ਉਹ ਜਾ ਹੀ ਨਹੀਂ ਰਹੀਆਂ ਨਸ਼ਾ ਛਡਾਉਣ ਲਈ, ਇਹ ਵੀ ਤੁਹਾਡੇ ਸਾਹਮਣੇ ਆ। ਇਸੇ ਤਰ੍ਹਾਂ ਜਿਹੜੇ ਹੈਗੇ ਜੇ ਗੈਂਗਸਟਰ ਹੈ ਸਾਰੇ ਵਰਲਡ ਚ ਹੈਗੇ ਆ, ਮੈਂ ਇਹ ਨਹੀਂ ਕਹਿੰਦਾ ਗਾ, ਪਰ ਜੋ ਹੁਣ ਪਣਪਿਆ ਜਾ ਰਿਹਾ, ਜਿਹੜਾ ਇਹਨਾਂ ਦੇ ਜੇਲ੍ਹਾਂ ਦੇ ਵਿੱਚ ਇੱਕ ਟ੍ਰੇਨਿੰਗ ਸੈਂਟਰ ਬਣੇ ਹੋਏ ਆ, ਇੱਕ ਅੱਡੇ ਬਣੇ ਹੋਏ ਆ, ਉਹਨਾਂ ਦੀ ਪੁਸ਼ਤ ਪਨਾਈ ਕਿਹਨੂੰ ਹੈ? ਆ ਜਿਹੜਾ ਦਿੱਲੀ ਦੇ ਵਿੱਚ ਕੀ ਉਹ ਨਾਂ ਸੀ ਜਿਹੜਾ ਕਹਿੰਦਾ ਸੀ ਕਿ ਅਸੀਂ ਕਰੋੜਾਂ ਰੁਪਇਆ ਦਿੱਤਾ, ਔਰ ਉੱਥੋਂ ਤੱਕ ਹੋ ਗਈ ਕਿ ਉਹਨੂੰ ਅੰਦਰ ਬੈਠੇ ਨੂੰ ਉਹ ਵੀ ਆਫਰ ਹੋ ਗਈ ਕਿ ਤੂੰ ਦੇ ਦੇ 50-100 ਕਰੋੜ ਰੁਪਇਆ ਤੇ ਤੈਨੂੰ ਰਾਜ ਸਭਾ ਦਾ ਮੈਂਬਰ ਹੀ ਬਣਾ ਦੇ। ਐਦੂ ਵੱਡਾ ਬਲੰਡਰ ਕੀ ਹੋ ਸਕਦਾ ਯਾਰ? ਜੇਲ੍ਹਾਂ ਤਾਂ ਸੁਧਾਰ ਲਈ ਬਣੀਆਂ ਨੇ, ਤੇ ਜੇਲ੍ਹਾਂ ਦੇ ਵਿੱਚ ਜੇ ਤੁਸੀਂ ਕਹੋ ਵੀ ਇਹ ਜੇਲ੍ਹਾਂ ਤੋਂ ਹੀ ਅੱਡੇ ਚੱਲਣ ਤੇ ਜੇਲ੍ਹਾਂ 'ਚ ਹੀ ਗੈਂਗਸਟਰਾਂ ਨੂੰ ਜਿਹੜੀ ਹੈ ਪੁਸ਼ਤ ਪਨਾਹੀ ਮਿਲੇ, ਫਿਰ ਐਦੂ ਮਾੜੀ ਗੱਲ ਕੀ ਹੋ ਸਕਦੀ? ਹਾਂ ਇੱਕ ਗੱਲ ਮੈਂ ਬੜੇ ਜ਼ੋਰ ਨਾਲ ਕਹਿਣਾ, ਭਾਵੇਂ ਤਾਂ ਕੋਈ ਗੈਂਗਸਟਰਾਂ ਦੇ ਵਿੱਚ ਕੋਈ ਸਾਡੀ ਸਰਕਾਰ ਦਾ ਜਾਂ ਕਾਂਗਰਸ ਦੀ ਸਰਕਾਰ ਦਾ ਨੁਮਾਇੰਦਾ ਜੇ ਕੋਈ ਸ਼ੈਲਟਰ ਕਰਦਾ ਸੀ ਤੇ ਸਰਕਾਰ ਫੜ ਕੇ ਅੰਦਰ ਕਰੇ, ਜੇ ਕੋਈ ਨਸ਼ਿਆਂ 'ਚ ਵੀ ਸ਼ੈਲਟਰ ਕਰਦਾ ਸੀ ਤੇ ਉਹਨੂੰ ਵੀ ਅੰਦਰ ਕਰੇ। ਪਰ ਇਹ ਹੁਣ 8 ਮਹੀਨੇ ਹੋ ਗਏ ਆ, ਇਹ ਹੁਣ ਜ਼ਿਆਦਾ ਦੇਰ ਇਹ ਗੱਲ ਚੱਲ ਨਹੀਂ ਸਕਦੀ ਕਿ ਪਿਛਲੀ ਸਰਕਾਰ ਦੇ ਕੰਡੇ ਬੀਜੇ ਪਿਛਲੀ ਦੇ। ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ, ਉਹ ਕਹਿੰਦੇ ਸੀ 1 ਅਪ੍ਰੈਲ ਤੋਂ ਬਾਅਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ, ਅੱਜ 250 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਗਏ ਆ, ਇਹਦਾ ਮਤਲਬ ਪਰਚਾ ਦਰਜ ਹੋਣਾ ਚਾਹੀਦਾ ਉਹਦੇ ਤੇ, ਫਿਰ ਕਿਉਂ ਨਹੀਂ ਹੱਲ ਕੀਤਾ ਗਾ? ਇਸੇ ਤਰ੍ਹਾਂ ਸਾਰੇ ਮੁੱਦਿਆਂ ਤੇ ਹੈਗੇ ਕਿ ਸਰਕਾਰ ਚੌਤਰਫਾ ਫੇਲ, ਸਾਰੇ ਪਾਸੇ ਯੂ ਟਰਨ, ਛੋਟੀਆਂ ਛੋਟੀਆਂ ਗੱਲਾਂ ਤੋਂ ਲਾ ਕੇ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਫਰੋਲ ਲਓ, ਮੇਰੇ ਕੋਲੇ ਵੱਡਾ ਸਾਰਾ ਪਰਚਾ ਹੈਗਾ। ਜੇ ਮੈਂ ਨਿੱਕੀ ਨਿੱਕੀਆਂ ਗੱਲਾਂ ਕਰਾਂ, ਮੋਟਰਸਾਈਕਲ ਵਾਲੀ ਰੇਹੜੀ ਸਵੇਰੇ ਬੰਦ ਕਰਤੀ, ਸੋਸ਼ਲ ਮੀਡੀਆ ਤੇ ਰੌਲਾ ਪੈ ਗਿਆ, ਸ਼ਾਮ ਨੂੰ ਫਿਰ ਵਾਪਸ ਲੈ ਲਿਆ, ਗਨਮੈਨ ਵਾਪਸ ਕਰਤੇ ਜਦੋਂ ਝਾੜਾਂ ਪਈਆਂ, ਤੇ ਫਿਰ ਦੁਬਾਰੇ ਬਹਾਲ ਕਰਤੀ ਸਿਕਿਉਰਿਟੀ, ਕਹਿੰਦੇ ਅਸੀਂ ਨੀਂਹ ਪੱਥਰ ਨਹੀਂ ਰੱਖਾਂਗੇ, ਹੁਣ ਇਹਨਾਂ ਦੇ ਜਾ ਕੇ ਜਿਹੜਾ ਕੋਈ ਅਹੁਦੇਦਾਰ ਵੀ ਹੈ ਨਹੀਂ, ਆ ਮਤਲਬ ਚੁਣਿਆ ਹੋਇਆ ਨੁਮਾਇੰਦਾ ਵੀ ਨਹੀਂ ਹੈ, ਉਹ ਵੀ ਨੀਂਹ ਪੱਥਰ ਰੱਖੀ ਜਾਂਦਾ। ਫਿਰ ਪਹਿਲਾਂ ਕਹਿੰਦੇ ਸੀ ਸਾਡੇ ਕੋਲੇ ਘੋਲ ਆ ਗਿਆ, ਪਰਾਲੀ ਸਾੜਨੀ ਨਹੀਂ ਪਊਗੀ। ਇੱਕ ਗੱਲ ਦੀ ਮੈਂ ਵਧਾਈ ਦਿੰਦਾ ਪੰਜਾਬੀਆਂ ਨੂੰ ਤੇ ਦਿੱਲੀ ਵਾਲਿਆਂ ਨੂੰ ਕਿ ਐਤਕੀ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਗਿਆ, ਕਿਉਂਕਿ ਦੋਨੇ ਪਾਸੇ ਸਰਕਾਰਾਂ ਆਪਦੀਆਂ ਸੀ, ਕਿਹਨੂੰ ਲਾਂਭਾ ਦਿੰਦੇ, ਤੇ ਐਤਕੀ ਉਸ ਗੱਲ ਤੋਂ ਲਾਂਭੇ ਤੋਂ ਡਰ ਗਏ। ਪਰ ਉਹ ਘੋਲ ਕਿੱਥੇ ਗਿਆ ਜਿਹੜਾ ਪਰਾਲੀ ਨੂੰ ਗਾਲਣ ਵਾਲਾ ਸੀ? ਇੱਕ ਗੱਲ, ਫਿਰ ਤੁਸੀਂ ਪਹਿਲਾਂ ਰੈਡ ਐਂਟਰੀਆਂ ਕਰਤੀਆਂ, ਫਿਰ ਤੁਸੀਂ ਪਰਚੇ ਦਰਜ ਕਰਤੇ ਜਦੋਂ ਕਿਸਾਨਾਂ ਨੇ ਧਰਨੇ ਦੇਤੇ,
ਤੇ ਫਿਰ ਤੁਸੀਂ ਵਾਪਸ ਲੈ ਲਿਆ। ਮਤਲਬ ਇਹ ਹਰ ਗੱਲ ਤੇ ਕਿਉਂ ਬੰਦੀ ਸਿੰਘਾਂ ਵਾਲੇ ਮਾਮਲੇ ਤੇ ਪਹਿਲਾਂ ਕਹਿੰਦੇ ਸੀ ਛੱਡਣੇ ਚਾਹੀਦੇ ਆ, ਪਟਿਆਲਾ ਦੇ ਡੀਸੀ ਨੇ 28 ਸਾਲ ਦੇ ਜੇਲ੍ਹ 'ਚ ਬੰਦੇ ਨੂੰ ਕਹਿਤਾ ਕਿ ਨਹੀਂ ਖਤਰਾ ਹੈ ਜੀ, ਕੀ ਖਤਰਾ ਹੋ ਸਕਦਾ ਜੀ ਮੈਨੂੰ ਦੱਸੋ। ਇੱਕ ਬੰਦਾ 28 ਸਾਲ ਕੱਟ ਕੇ ਆਇਆ, ਮੈਂ 3-4 ਦਿਨ ਪਹਿਲਾਂ ਉਹ ਵਿਚਾਰਾ ਪਰਮਾਤਮਾ ਨੂੰ ਪਿਆਰਾ ਹੋ ਗਿਆ ਉਹਦੇ ਭੋਗ ਤੇ ਜਾ, ਉਹਨੇ ਕੀ ਬਾਰਾ ਕੇ ਕੀਤਾ। ਇਸ ਕਰਕੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਹੈ, ਕਾਨੂੰਨ ਕਹਿੰਦਾ ਹੈ ਕਿ ਹਰ 3 ਮਹੀਨਿਆਂ 'ਚ ਇੱਕ ਵਾਰੀ ਉਸ ਕਮੇਟੀ ਦੀ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੇ ਕੋਈ ਸਿੰਘ ਬੰਦੀਆਂ ਦੇ ਬਾਰੇ ਕਿਸੇ ਵੀ ਜਾਤ ਧਰਮ ਦੇ ਹੋਣ ਉਹਨਾਂ ਦੇ ਬਾਰੇ ਜਿਹੜਾ ਫੈਸਲਾ ਕਰਨਾ ਹੁੰਦਾ। ਇਹ ਪਹਿਲੀ ਦਿੱਲੀ ਦੀ ਸਰਕਾਰ ਹੈ ਕਿ ਮਾਰਚ ਤੋਂ ਬਾਅਦ ਕੋਈ ਮੀਟਿੰਗ ਹੀ ਨਹੀਂ ਹੋਈ ਤੇ ਕੋਈ ਫੈਸਲਾ ਹੀ ਨਹੀਂ ਲੈਂਦੀ, ਹਰ ਗੱਲ ਤੇ ਯੂ ਟਰਨ। ਇਸੇ ਤਰ੍ਹਾਂ ਖਰਚੇ ਘਟਾਉਣ ਵਾਲੀਆਂ ਗੱਲਾਂ ਮੈਂ ਤੁਹਾਨੂੰ ਪਹਿਲਾਂ ਕਰ ਚੁੱਕਿਆ। ਜਿਹੜੇ ਸੇਵਾ ਮੁਕਤ ਪਹਿਲਾਂ ਕਹਿੰਦੇ ਸੀ ਪਟਵਾਰੀ ਕਿਉਂ ਰੱਖ ਲਏ, ਪਿਛਲੇ ਵਾਰੀ ਧਰਨੇ ਲਾਏ ਕਾਂਗਰਸ ਵੇਲੇ, ਅੱਜ ਹੁਣ ਖੁਦ ਰੱਖੀ ਜਾਂਦੇ ਆ। ਆ ਕੱਲ ਪਰਸੋਂ ਇੱਕ ਪੈਰਾ ਓਲੰਪਿਕ ਖਿਡਾਰੀ ਆ ਸਾਡੇ, 18 ਮੈਡਲ ਉਹਦੇ ਕੋਲੇ ਨੈਸ਼ਨਲ ਪੱਧਰ ਦੇ ਗੋਲਡ, 6 ਉਹਦੇ ਕੋਲੇ ਸਿਲਵਰ, 4 ਉਹਦੇ ਕੋਲੇ ਚਾਂਦੀ ਦੇ, ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੇਮਾਂ ਦੇ ਇੰਨੇ ਮੈਡਲ, ਤੇ ਉਹਨਾਂ ਨੂੰ ਦੂਜੇ ਖਿਡਾਰੀਆਂ ਦੇ ਬਰਾਬਰ ਗਿਣਿਆ ਹੀ ਨਹੀਂ ਜਾਂਦਾ। ਸਾਡੇ ਵੇਲੇ ਅਸੀਂ ਘੱਟੋ ਘੱਟ ਉਹਨਾਂ ਨੂੰ ਕੁਛ ਨਾ ਕੁਛ ਇਨਾਮ ਸ਼ਨਾਮ ਦਿੰਦੇ ਸੀ, ਉਹ ਕਾਂਗਰਸ ਨੇ ਬੰਦ ਕਰਤਾ, ਇਹਨਾਂ ਨੇ ਵੀ ਬੰਦ ਕਰ ਰੱਖਿਆ। ਉਦੋਂ ਮੀਤ ਹੇਅਰ ਸਾਹਿਬ ਖੁਦ ਬੈਠਦੇ ਸੀ ਇਹਨਾਂ ਨਾਲ ਧਰਨੇ ਤੇ ਕਾਂਗਰਸ ਵੇਲੇ ਕਿ ਤੁਹਾਨੂੰ ਇਨਸਾਫ ਦਵਾਵਾਂਗੇ, ਅੱਜ ਮੀਤ ਹੇਅਰ ਸਾਹਿਬ ਮਿਲਦੇ ਹੀ ਨਹੀਂ। ਇਹ ਕਿੱਡੀ ਵੱਡੀ ਯੂ ਟਰਨ ਹੈਗੇ ਯਾਰ, ਤੁਸੀਂ ਗੱਲਾਂ ਸਰਕਾਰ ਬਣਾਉਣ ਵੇਲੇ ਹੋਰ ਕਰਦੇ ਹੋ ਤੇ ਸਰਕਾਰ ਬਣਨ ਤੋਂ ਬਾਅਦ ਤੁਸੀਂ ਰੰਗ ਹੀ ਬਦਲ ਜਾਂਦੇ, ਇਹ ਬਹੁਤ ਮਾੜੀ ਗੱਲ ਹੈ। ਮੁਫਤ ਬੱਸ ਸਫ਼ਰ ਸੀ, ਕਹਿੰਦੇ ਅਸੀਂ ਬੰਦ ਕਰਤਾ ਕਿ ਇਹ ਤਾਂ ਕੋਈ ਚੰਗੀ ਸਕੀਮ ਨਹੀਂ, ਜਦੋਂ ਲੇਡੀਜ਼ ਨੇ ਧਰਨਾ ਮਾਰਨਾ ਸ਼ੁਰੂ ਕੀਤਾ ਫਿਰ ਚਾਲੂ ਕਰਤਾ, ਇਹ ਵੀ ਯੂ ਟਰਨ। ਫਿਰ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਗੱਲ ਕਰਤੀ, ਪਹੁੰਚਿਆ ਤਾਂ ਪੂਰਾ ਵੀ ਨਹੀਂ ਗਾ, ਵੈਸੇ ਵੀ ਨਹੀਂ ਗਾ, ਤੇ ਉਹ ਜਦੋਂ ਪਹੁੰਚਿਆ ਨਹੀਂ ਹਾਈ ਕੋਰਟ ਵੀ ਰੌਲਾ ਪੈ ਗਿਆ, ਤੇ ਹੁਣ ਫਿਰ ਕਹਿੰਦੇ ਜੀ ਅਸੀਂ ਵੈਸੇ ਹੀ ਦੇਵਾਂਗੇ। ਫਿਰ ਇੱਕ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਵਿਰੋਧੀ ਧਿਰਾਂ ਦਾ ਕੰਮ ਹੈ ਖਟਾਸ ਕਰਨਾ ਵੀ, ਸਵਾਲ ਮੰਗਣੇ ਵੀ ਔਰ ਜਵਾਬ ਮੰਗਣੇ ਵੀ, ਤੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਹੁਣ ਤਾਂ ਸਾਡੇ ਕੋਲ ਪੂਰੀ ਸਰਕਾਰ ਹੋ ਗਈ, ਸਾਡੇ ਖਿਲਾਫ਼ ਕੋਈ ਦੇਸ਼ ਕਿਵੇਂ ਬੋਲ ਸਕਦਾ। ਦਿੱਲੀ 'ਚ ਬੈਠਾ ਬੱਗਾ ਬੋਲਿਆ ਬੀਜੇਪੀ ਦਾ, ਪਰਚਾ ਪੰਜਾਬ 'ਚ ਦਰਜ। ਦਿੱਲੀ 'ਚ ਬੈਠੀ ਆਮ ਆਦਮੀ ਪਾਰਟੀ ਦੀ ਇਹਨਾਂ ਦੀ MLA ਕਾਂਗਰਸ ਜੁਆਇਨ ਕੀਤੀ ਸੀ, ਉਹ ਬੋਲੀ, ਪਰਚਾ ਪੰਜਾਬ 'ਚ ਦਰਜ। ਕੁਮਾਰ ਵਿਸ਼ਵਾਸ ਕਿਤੇ ਬਾਹਰ ਬੋਲਿਆ ਸੀ, ਪਰਚਾ ਪੰਜਾਬ 'ਚ ਦਰਜ। ਤੇ ਜਦੋਂ ਹਾਈ ਕੋਰਟ ਨੇ ਝਾੜ ਮਾਰੀ ਤੇ ਫਿਰ ਮਿੰਟ 'ਚ ਯੂ ਟਰਨ। ਇਹ ਕਿਹੜੇ ਇਸ ਕੰਮ ਨੂੰ ਥੋੜੀ ਸਰਕਾਰਾਂ ਬਣਦੀਆਂ, ਸਰਕਾਰਾਂ ਬਣਦੀਆਂ ਲੋਕਾਂ ਦੇ ਜਿਹੜੇ ਹੈਗੇ ਆ ਸਹੂਲਤਾਂ ਲਈ। ਹੁਣ ਜਦੋਂ ਸਰਕਾਰ ਬਣਾਉਣੀ ਸੀ ਕਹਿੰਦੇ ਅਸੀਂ 23 ਫਸਲਾਂ ਤੇ MSP ਦੇਵਾਂਗੇ, ਤੇ ਦਿੱਤੀ ਆ ਮੂੰਗੀ ਤੇ ਅਨਾਊਂਸ ਕੀਤੀ ਨਹੀਂ। ਮੈਨੂੰ ਲੱਗਦੀ ਉਹਨੇ ਪੈਸੇ ਸ਼ਾਇਦ ਇਸ਼ਤਿਹਾਰਾਂ ਤੇ ਜ਼ਿਆਦਾ ਵੰਡਤੇ ਤੇ ਜ਼ਿਮੀਦਾਰਾਂ ਨੂੰ ਕਿਸਾਨਾਂ ਨੂੰ ਉਹਨੇ ਵੰਡੇ ਨੀਗੇ। ਸਾਡੇ ਵੇਲੇ ਆਉਂਦੇ ਸੀ ਕਿ ਇਹ ਇਹਨਾਂ ਦੀਆਂ ਸਪਰੇਆਂ ਜਿਹੜੀਆਂ ਇਹ ਇਹਨਾਂ ਦੀਆਂ ਫੈਕਟਰੀਆਂ 'ਚ ਬਣਦੀਆਂ। ਅੱਜ ਲਾਲ ਸੁੰਡੀ ਨਹੀਂ ਮਰਦੀ, ਅੱਜ ਸੂਰਜਮੁਖੀ ਦੇ ਬੀਜ ਆਲੀ, ਅੱਜ ਮੂੰਗੀ ਦਾ ਬੀਜ ਆਲੀ, ਅੱਜ ਨਰਮੇ ਦੇ ਬੀਜ ਆਲੀ, ਇਹ ਤੇ ਮੁਆਵਜ਼ਾ ਕਿਸੇ ਨੂੰ ਵੀ ਨਹੀਂ। ਉੱਥੇ ਤਾਂ ਕਹਿੰਦੇ ਸੀ 50,000 ਮੁਆਵਜ਼ਾ ਦਿੰਦੇ ਆ। ਮੈਂ ਤੁਹਾਨੂੰ ਵੀ ਚੈਲੰਜ ਕਰਦਾ, ਪੰਜਾਬ ਦੇ ਵਿੱਚੋਂ ਇੱਕ ਕਿਸਾਨ ਲੱਭ ਦਿਓ ਜਿਹਨੂੰ 50,000 ਮੁਆਵਜ਼ਾ ਦਿੱਤਾ ਹੋਵੇ। ਪੰਜਾਬ ਦੇ ਵਿੱਚੋਂ ਇੱਕ ਕਿਸਾਨ ਲੱਭ ਦਿਓ ਜਿਹਨੂੰ ਕੋਈ ਪੂਰੀ ਕਣਕ ਦਾ, ਜੇ ਕਹਿੰਦੇ ਸੀ ਅਸੀਂ ਦਿੱਲੀ 'ਚ 2600 ਤੇ ਖਰੀਦਿਆ ਤੇ ਵੀ 2600 ਤੇ ਖਰੀਦੀ ਹੋਵੇ। ਇਸ ਕਰਕੇ ਸਾਰੀਆਂ ਗੱਲਾਂ ਹਾਥੀ ਦੇ ਦੰਦਾਂ ਵਾਲੀਆਂ, ਦਿਖਾਉਣ ਲਈ ਹੋਰ ਹੈ ਤੇ ਕਰਨ ਲਈ ਹੋਰ ਹੈ। ਮੇਰੀ ਇਹ ਸਰਕਾਰ ਨੂੰ ਅਪੀਲ ਤੇ ਬੇਨਤੀ ਹੈ, ਸਾਨੂੰ ਇੱਕ ਦਿਨ ਸਾਰੀਆਂ ਪਾਰਟੀਆਂ ਨੂੰ ਇੱਕ ਏਜੰਡੇ ਤੇ ਆਉਣਾ ਪੈਣਾ ਕਿ ਅਸੀਂ ਵਾਅਦੇ ਉਹ ਕਰੀਏ, ਗੱਲਾਂ ਉਹ ਕਰੀਏ ਜਿਹੜੀਆਂ ਅਸੀਂ ਪੂਰੀਆਂ ਕਰ ਸਕਦੇ। ਸੰਗਰੂਰ ਇੱਕ ਪ੍ਰੋਟੈਸਟ ਦਾ ਹੌਟਸਪੌਟ ਬਣੀ ਜਾ ਰਿਹਾ, ਤੁਸੀਂ ਦੇਖਿਆ ਜਦੋਂ ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉੱਥੇ ਆਏ ਦਿਨ ਪ੍ਰੋਟੈਸਟ ਹੋ ਰਹੇ ਨੇ। ਕੀ ਲੱਗਦਾ ਤੁਹਾਨੂੰ ਕਿ ਸਰਕਾਰ ਦੀ ਜਿਹੜੀ ਪਕੜ ਹੈ ਉਹ ਨਹੀਂ ਹੈ, ਕਿ ਜਿਹੜਾ ਮੁੱਖ ਮੰਤਰੀ ਦਾ ਆਪਣਾ ਹੋਮ ਡਿਸਟ੍ਰਿਕਟ ਹੈਗਾ ਉੱਥੇ ਵੀ ਪ੍ਰੋਟੈਸਟ ਹੋ ਰਹੇ ਨੇ ਤੇ ਉੱਥੇ ਬਾਈਕ ਪੋਲ ਵੀ ਉਹ ਹਾਰ ਜਾਂਦੇ ਨੇ? ਦੇਖੋ ਇੱਕ ਗੱਲ ਹੈ ਕਿ ਲੋਕ ਧਰਨੇ ਕਿਉਂ ਲਾਉਂਦੇ ਆ? ਪਹਿਲਾਂ ਘਰੋਂ ਉੱਠਦੇ ਆ, ਰੋਟੀ ਪਾਣੀ ਖਾ ਕੇ, ਦੁਪਹਿਰ ਦੀ ਰੋਟੀ ਨਾਲ ਬੰਨ ਕੇ, ਆਪਦੀ ਗੱਡੀ ਮੋਟਰਸਾਈਕਲ ਸਾਈਕਲ ਸਕੂਟਰ ਦਾ ਤੇਲ ਬਾਲਦੇ ਆ, ਫਿਰ ਧਰਨੇ 'ਚ ਆਉਂਦੇ ਆ, ਫਿਰ ਸਾਰਾ ਦਿਨ ਉੱਥੇ, ਮਤਲਬ ਉਹਨਾਂ ਹਾਲਾਤਾਂ 'ਚ ਭਾਵੇਂ ਉਹਨਾਂ ਨੂੰ ਦਰੀ ਮਿਲੇ ਤੇ ਭਾਵੇਂ ਨਾ ਮਿਲੇ ਬੈਠਦੇ ਆ। ਇਹ ਕੋਈ ਸ਼ੌਕ ਨੂੰ ਨਹੀਂ ਕਰਦਾ, ਇਹ ਉਦੋਂ ਕਰਦਾ ਜਦੋਂ ਕੋਈ ਸੁਣਵਾਈ ਨਾ ਹੋਵੇ। ਤੇ ਜਦੋਂ ਸੁਣਵਾਈ ਨਹੀਂ ਹੁੰਦੀ, ਸਾਡੇ ਵੇਲੇ ਕੀ ਹੁੰਦਾ ਸੀ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀ, ਕਿਤੇ ਵੀ ਧਰਨਾ ਲੱਗਦਾ ਉਹਨਾਂ ਦੇ 4 ਨੁਮਾਇੰਦੇ DC ਜਾਂ SSP ਦੀ ਡਿਊਟੀ ਲੱਗ ਜਾਂਦੀ, ਮੇਰੇ ਕੋਲ ਲੈ ਕੇ ਆਓ, ਇਹਨਾਂ ਦੀ ਜੋ ਗੱਲ ਆਪਾਂ ਸੁਣੀਏ। ਪਹਿਲੀ ਗੱਲ ਤਾਂ DC SSP ਕਰਨ, ਤੇ ਜੇ ਮੇਰੇ ਪੱਧਰ ਤੇ ਹੋਣ ਵਾਲਾ ਤਾਂ ਉੱਥੇ ਲਿਆਓ। ਅੱਜ ਕੋਈ ਸੁਣਨ ਵਾਲਾ ਹੀ ਹੈ ਨਹੀਂ। ਜਿਹੜੀ ਪਾਰਟੀ ਖੁਦ ਧਰਨਿਆਂ 'ਚੋਂ ਨਿਕਲੀ ਹੈ ਤੇ ਉਹ ਡਾਂਗਾਂ ਤੇ ਉਤਰੀ ਹੋਈ ਹੈ, ਤੁਸੀਂ ਅੰਦਾਜ਼ਾ ਤਾਂ ਲਾਓ ਨਾ। ਜੇ ਮੁੱਖ ਮੰਤਰੀ ਸਾਹਿਬ ਗੁਜਰਾਤ ਹੈ, ਸੰਗਰੂਰ ਘਰ 'ਚ ਮੇਰਾ ਖਿਆਲ ਹੈ ਰਹਿੰਦਾ ਵੀ ਕੋਈ ਨਹੀਂ, ਤੇ ਜੇ ਉੱਥੇ ਬੈਠ ਵੀ ਜਾਣਗੇ 1-2 ਦਿਨ ਤੇ ਕੀ ਫਰਕ ਪਊਗਾ? ਪਹਿਲੀ ਗੱਲ ਤਾਂ ਬੈਠਣ ਦਾ ਮੌਕਾ ਕਿਉਂ ਦਿੰਦੇ ਆ? ਇਹਨਾਂ ਨੇ ਐਲਾਨ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ ਕਿ ਮੇਰੀ ਸਰਕਾਰ ਦੇ ਦੌਰਾਨ ਕੋਈ ਧਰਨੇ ਤੇ ਨਹੀਂ ਬੈਠੂਗਾ, ਤੇ ਜਿਹੜੀ ਮੂੰਹ ਬੋਲੀ ਭੈਣ ਬਣਾਈ ਸੀ ਕੇਜਰੀਵਾਲ ਸਾਹਿਬ ਦੀ, ਉਹ ਫੇਰ ਵੀ ਟੈਂਕੀ ਤੇ ਚੜੀ ਫਿਰਦੀ ਹੈ ਵਿਚਾਰੀ।
मतलब तुसी गल किसे ते तां पूरे आओ यार, तुसी उहनू कच्ची रखो पक्की रखो, उहदे नाल कोई गल करो बैठ के, क्यों क्यों टैंकियां ते चढ़ना पवे। इस करके सरकार मैं तां ही कहना देश च ऐसा कानून बने, एक तां जिहड़ा चोण मैनीफेस्टो है इलीगल डाकूमेंट बनना चाहिए। असीं पार्टी वालों भी इलैक्शन कमीशन नूं लिख के भेजे, जे लीगल डाकूमेंट बने जे ना पूरा करे तो उहदे च समां भी रखे भी किहड़ी चीज कदों पूरी करांगे, जे ना पूरी करे तो 6 साल लई पार्टी नूं बाहर कर देना चाहिए। एक गल ए, एक कानूनन डाकूमेंट बनना चाहिए। दूजा सानू एक पार्टियां नूं बैठ के फैसला करना पएगा कि केड़ी चीज असीं बोलनी है ते केड़ी नहीं बोलनी। सब्ज बाग ना विखाओ झूठे यार, यही मुल्क यही सूबे असीं इत्थे ही वसना है। जदों झूठे सब्ज बाग विखा दिंदे आ ते एक वारी तां लारे च आ जाणगे लोक, अगले वारी नूं किथे जाणगे, अगले वारी जवाब नहीं मंगणगे। इस करके सरकार नूं बेनती है कि जिन्नियां गल्लां कीतियां उह कृपा करके पूरियां करन, ते पूरियां करके ते लोकां दीआं इच्छावां ते पूरे उतरन। ऐसा ना हालात बनाओ कि अज सैक्रेटरीएट दे विच इक भी मंत्री नहीं लभदा। ਉਹ ਪਿੱਛੇ ਫਿਰ ਜਦੋਂ ਕਹਿੰਦੇ ਆ, ਇੱਕ ਕਹਾਵਤ ਹੈ ਪੰਜਾਬੀਆਂ ਦੀ ਕਿ ਘਰ ਵਾਲਾ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ, ਫਿਰ ਅਫਸਰ ਵੀ ਨਹੀਂ ਲੱਭਦੇ। ਜਿਹੜੇ ਜ਼ਰੂਰੀ ਚਿੱਠੀਆਂ ਸਮੇਂ ਸਿਰ ਨਿਕਲਣੀਆਂ ਚਾਹੀਦੀਆਂ, ਸਮੇਂ ਸਿਰ ਕੋਈ ਨੋਟੀਫਿਕੇਸ਼ਨ ਹੋਣਾ ਚਾਹੀਦਾ, ਕੁਝ ਵੀ ਨਹੀਂ ਹੋ ਰਿਹਾ ਯਾਰ। ਅੱਜ ਮੈਂ ਇੱਕ ਸਵਾਲ ਹੈ ਮੇਰੇ ਸਾਹਮਣੇ ਕਿ ਕੱਲ ਇੱਕ ਅਖਬਾਰਾਂ ਚ ਪੜਿਆ, ਟੈਲੀਵਿਜ਼ਨਾਂ ਤੇ ਸੁਣਿਆ ਕਿ ਕੇਂਦਰ ਨੇ RDF ਰੋਕ ਲਿਆ। ਜਦੋਂ ਡਿਬੇਟ ਹੋਈ ਸ਼ਾਮ ਨੂੰ ਤਾਂ ਉਹਦੇ ਚ ਪਤਾ ਲੱਗਿਆ ਕਿ ਜੁਲਾਈ ਦੀ 5 ਜਾਂ 7 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਸੀਗੀ ਕੇਂਦਰ ਨੂੰ। ਯਾਰ ਮੰਤਰੀ ਕੀ ਕਰਦੇ ਆ, ਚਿੱਠੀ ਲਿਖੀ ਹੈ 7ਵੇਂ ਦਿਨ ਉਹਦੇ ਬੂਹੇ ਤੇ ਖੜੋ ਜਾ ਕੇ ਕਿ ਪੰਜਾਬ ਦਾ 2880 ਕਰੋੜ ਰੁਪਇਆ ਪਿਆ, ਤੁਸੀਂ ਕਿਉਂ ਨਹੀਂ ਦਿੰਦੇ? ਜੇ ਕੋਈ ਉਹਨਾਂ ਦਾ ਆਬਜੈਕਸ਼ਨ ਹੈ ਉਹਨੂੰ ਦੂਰ ਕਰੋ। ਜੇ ਤੁਸੀਂ ਜੁਲਾਈ ਤੋਂ ਬਾਅਦ ਅਗਸਤ, ਸਤੰਬਰ, ਅਕਤੂਬਰ, ਨਵੰਬਰ, ਜੇ 4 ਮਹੀਨੇ ਅਸੀਂ ਦਿੱਲੀ ਤੱਕ ਜਾ ਕੇ 2880 ਕਰੋੜ ਲਈ ਤਰੱਦਦ ਨਹੀਂ ਕਰ ਸਕਦੇ, ਕਰਜ਼ਾ ਲੈਣ ਲਈ ਤੁਸੀਂ ਮਿੰਟ 'ਚ ਦਸਤਖਤ ਕਰ ਦਿੰਦੇ ਹੋ, ਇਹ ਕਿਹਦੇ ਨਾਲ ਧੋਖਾ ਹੈ? ਇਹ ਕਿਸੇ ਹੋਰ ਨਾਲ ਨਹੀਂ, ਇਹ ਆਪਣੇ ਆਪ ਨਾਲ ਧੋਖਾ ਹੈ। ਇਸ ਕਰਕੇ ਕੰਮਾਂ ਦੀ ਪੈਰਵਾਈ ਕਰਨ ਦੀ ਬਜਾਏ ਦਿੱਲੀ ਵਾਲਿਆਂ ਦੀ ਚਾਕਰੀ ਕਰਦੇ ਆ ਜਾਂ ਗੁਜਰਾਤ 'ਚ ਜਾ ਕੇ ਵੋਟਾਂ ਮੰਗਦੇ ਆ। ਖੈਰ ਹਿਮਾਚਲ ਤਾਂ ਛੱਡ ਹੀ ਦਿੱਤਾ, ਪਤਾ ਨਹੀਂ ਪੈਰ ਪੂਰ ਨਹੀਂ ਲੱਗੇ। ਚਰਨਜੀਤ ਬਰਾੜ ਜੀ, ਇਹ ਸਨ ਚਰਨਜੀਤ ਸਿੰਘ ਬਰਾੜ ਜੇ, ਜਿਨ੍ਹਾਂ ਨੇ ਬਹੁਤ ਸਾਰੇ ਯੂ ਟਰਨਸ ਦੀ ਗੱਲਬਾਤ ਕੀਤੀ। ਵੱਡੀ ਗੱਲ ਉਹਨਾਂ ਨੇ ਇਹ ਕੀਤੀ ਕਿ ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਗੱਲ ਪੰਜਾਬ ਦੇ ਸਕੱਤਰੇਤ ਦੀ ਹੋ ਰਹੀ ਹੈ, ਜਿੱਥੇ ਕਈ ਦਿਨਾਂ ਤੇ ਜਿਹੜੇ ਦਫ਼ਤਰ ਨੇ ਉਹ ਬੰਦ ਪਏ ਨੇ, ਲੋਕੀ ਆਪਣੇ ਕੰਮ ਹੋਣ ਦਾ ਇੰਤਜ਼ਾਰ ਕਰ ਰਹੇ ਨੇ, ਫਾਈਲਾਂ ਪੈਂਡਿੰਗ ਪਈਆਂ ਨੇ, ਲੋਕਾਂ ਦਾ ਇੰਤਜ਼ਾਰ ਹੈ ਕਿ ਕਦੋਂ ਸਰਕਾਰ ਜਿਹੜੀ ਇਸ ਵੇਲੇ ਗੁਜਰਾਤ ਦੇ ਵਿੱਚ ਮੌਜੂਦ ਹੈ ਵਾਪਿਸ ਆਪਣੇ ਆਫਿਸਿਸ ਦੇ ਵਿੱਚ ਪਰਚੇਗੀ ਤੇ ਲੋਕਾਂ ਦੇ ਪਰਤੇਗੀ ਤੇ ਲੋਕਾਂ ਦੇ ਕੰਮਕਾਜ ਹੋਣਗੇ। ਕੈਮਰਾ ਪਰਸਨ ਅਮਨ ਗੁਪਤਾ ਦੇ ਨਾਲ ਮਨਜੀਤ ਸਹਿਗਲ, ਚੰਡੀਗੜ੍ਹ।